ਹੈਰੀ ਦਾ ਰਿਐਕਸ਼ਨ ਝਾਤੇ ਮਾਤੇ ਜੇ ਕਰਦਾ ਆ ਉਹ ਕੁਛ ਲੈ ਕੇ ਆਏ ਹੋਣਗੇ। ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਯਾਨੀ ਕਿ ਸੰਘਾ ਫੈਮਿਲੀ ਵੱਲੋਂ। ਅੱਜ ਮੌਸਮ ਹੈਗਾ ਬਹੁਤ ਸ਼ਾਨਦਾਰ ਅਤੇ ਇਸੇ ਮੌਸਮ ਸ਼ਾਨਦਾਰ ਦੇ ਨਾਲ ਨਾਲ ਹੀ ਅੱਜ ਤੁਹਾਡਾ ਵੀ ਦਿਨ ਬਹੁਤ ਵਧੀਆ ਲੰਘੇ ਅਤੇ ਤੰਦਰੁਸਤ ਰਹੋ ਅਤੇ ਖੁਸ਼ੀਆਂ ਭਰੇ ਰਹੇ ਅਤੇ ਹਰ ਦੀ ਚੜ੍ਹਦੀ ਕਲਾ ਹੋਵੇ ਅਤੇ ਹੈਰੀ ਦੇ ਨੱਕ 'ਤੇ ਆ ਗਈ ਖਾਜ ਅਤੇ ਹੈਰੀ ਨੇ ਢਿੱਡ ਲਿਬਦਾ ਹੁਣ ਜਿੰਮ ਜੁੰਮ ਹੈਰੀ ਨੂੰ ਲਾਉਣੇ ਅੱਗੇ ਨਾਲ ਸਰੀਰ ਕਰ ਲਿਆ ਭਾਰਾ ਹੈਰੀ ਨੇ ਹੁਣ ਭਾਰ ਵਧਾ ਘਟਾਉਣਾ ਆ ਜੋ ਮਰਜ਼ੀ ਹੋਵੇ ਇਹਨੂੰ ਜਿੰਮ ਲਾ ਦੇਣਾ ਹੁਣ ਅਤੇ ਇਹਦਾ ਭਾਰ ਅਸੀਂ ਇੰਨਾ ਹੀ ਰੱਖਣਾ ਕਿਉਂਕਿ ਤੁਹਾਨੂੰ ਪਤਾ ਵੀ ਜਿੱਦਾਂ ਹੁਣ ਅੱਜ ਵੀ ਅਸੀਂ ਜਾ ਕੇ ਗੋਲ ਗੱਪੇ ਖਾਣੇ ਆ ਹੋਰ ਲੱਟਰੋਂ ਪਾਟੋਂ ਖਾਣਾ ਉਹਨਾਂ ਵੀ ਹੈਰੀ ਫਰਕ ਪੈ ਜਾਂਦਾ ਮੇਰੇ ਤਾਂ ਆਪ ਭਰਾਵਾ ਗੋਲ ਗੱਪੇ ਖਾਣਾ ਕੀ ਭਾਰ ਨਹੀਂ ਉਹ ਤਾਂ ਘਟਦਾ ਜੀ ਆਪਾਂ ਐਂਡ ਤੇ ਪਾਪੜੀ ਖਾਵਾਂਗੇ ਜਿਹੜੀ ਲੂਣ ਵਾਲੀ ਨੀ ਬਾਅਦ ਖਾਣੇ ਆਪਾਂ ਤੁਹਾਨੂੰ ਅੱਜ ਦਿਖਾਉਂਦੇ ਹਾਂ ਜਾ ਕੇ ਉੱਥੇ ਵੀ ਗੋਲ ਗੱਪੇ ਵੀ ਖਾਂਦੇ ਹਾਂ ਸਾਡੇ ਪਿੰਡ ਵੀ ਜਿੱਦਾਂ ਸ਼ਹਿਰਾਂ ਵਾਂਗੂ ਹੈ ਨਾ ਸ਼ਾਮ ਨੂੰ ਚੰਗੀਆਂ ਰੇਹੜੀਆਂ ਰੂੜੀਆਂ ਲੱਗਦੀਆਂ ਸਾਰੀਆਂ ਰੇਹੜੀਆਂ ਦਾ ਦਿਖਾਉਂਦੇ ਹਾਂ ਵੀ ਕਿੱਦਾਂ ਕਿੱਦਾਂ ਕਿਹੜਾ ਕਿਹੜਾ ਸਿਸਟਮ ਕੀ ਹੈ ਨਾ ਅਤੇ ਜਾਵਾਂਗੇ ਅੱਜ ਅਤੇ ਇਹਨਾਂ ਨੂੰ ਤਾਂ ਕੋਈ ਬਹਾਨਾ ਹੀ ਚਾਹੀਦਾ ਕਹਿੰਦੇ ਚੱਲ ਅੱਜ ਉੱਥੇ ਬਣਾ ਲੈਂਦੇ ਹਾਂ ਅੱਜ ਉੱਥੇ ਬਲੌਗ ਬਣਾਉਣੇ ਜਾ ਕੇ ਅਤੇ ਨਾਲੇ ਦੋ ਚਾਰ ਕਰਦੇ ਹਾਂ ਗੱਲਾਂ ਬਾਤਾਂ ਅਤੇ ਇੱਕ ਹੋਰ ਗੱਲ ਮੈਂ ਸਾਂਝੀ ਕਰਨਾ ਚਾਹੁੰਦਾ ਤੁਸੀਂ ਵੀ ਯਾਰ ਕਮੈਂਟਾਂ 'ਚ ਜ਼ਰੂਰ ਦੱਸਿਓ ਬਈ ਬਈ ਇਹ ਗੱਲ ਮੈਂ ਸਹੀ ਕੀਤੀ ਆ ਕਿ ਗਲਤ ਕੀਤੀ ਆ ਮੈਂ ਹੁਣ ਕੱਲ੍ਹ ਇੱਕ ਗਾਣਾ ਸੁਣਿਆ ਇੱਕ ਜਿਹਦੇ ਵਿੱਚ ਉਹ ਕਹਿੰਦੀ ਆ ਕੁੜੀ ਖਵਾ ਦੇ ਮੈਨੂੰ ਕਿੱਦਾਂ ਨਾਗਣੀ ਕਪੂਰਾ ਇੱਦਾਂ ਕਰਕੇ ਖਵਾ ਦੇ ਚੰਨਾ ਮੇਰਿਆ ਨਾਗਣੀ ਦਾ ਆਹੋ ਉਹ ਮੈਂ ਕੁੜੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਲੇਡੀਜ਼ ਨੂੰ ਮਤਲਬ ਵੀ ਆਪਾਂ ਤੁਹਾਨੂੰ ਮੁੰਡਿਆਂ ਦੀ ਬਰਾਬਰੀ ਤਾਂ ਸਿਆਣੇ ਕਹਿੰਦੇ ਹੁੰਦੇ ਅੱਜ ਕੱਲ੍ਹ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨੀਗਾ ਵੀ ਜਿਹੜੇ ਜਿਹੜੇ ਅੱਗੇ ਮੁੰਡੇ ਕੰਮ ਕਰਦੇ ਸੀ ਪਾਇਲਟ ਸੀ ਜਾਂ ਮਤਲਬ ਲਾ ਲਓ ਕੋਈ ਪੜ੍ਹੇ ਲਿਖੇ ਸਰਕਾਰੀ ਨੌਕਰਾਂ ਦੇ ਜੱਜ ਲਾ ਲਓ ਵਕੀਲ ਲਾ ਲਓ ਖਿਡਾਰੀ ਲਾ ਲਓ ਜਿੰਮ ਵਾਲੇ ਲਾ ਲਓ ਜਿੱਦਾਂ ਹੈ ਨਾ ਸਾਰੇ ਉਹ ਕੁੜੀਆਂ ਨੇ ਬਰਾਬਰ ਵੀ ਹਿੱਸਾ ਲਿਆ ਵਧੀਆ ਚੱਲ ਇਹਨਾਂ ਨੇ ਕਈ ਆਪਣੇ ਇੰਡੀਆ ਲੈਵਲ ਦੇ ਵਰਲਡ ਲੈਵਲ ਤਗਮੇ ਵੀ ਜਿੱਤੇ ਵਧੀਆ ਗੱਲ ਆ ਪਰ ਮੈਂ ਉਹਨਾਂ ਕੁੜੀਆਂ ਨੂੰ ਕਹਿਣਾ ਚਾਹੁੰਦਾ ਜਿਹੜੀ ਨਾਗਣੀ ਕਹਿੰਦੀਆਂ ਭੂਰਾ ਤੁਹਾਨੂੰ ਇਸ ਕੰਮ ਲਈ ਨਹੀਂ ਕਿਹਾ ਸੀ ਵੀ ਤੁਸੀਂ ਮੁੰਡਿਆਂ ਦੇ ਬਰਾਬਰ ਆ ਵੀ ਹੁਣ ਤੁਸੀਂ ਬਰਾਬਰ ਨਾਗਣੀ ਵੀ ਖਾਣ ਲੱਗ ਪਵੋ ਹੈ ਨਾ ਇਸ ਲਈ ਉਹ ਨਾਗਣੀ ਜਿਹੜੇ ਖਾਂਦੇ ਉਹ ਚਾਂਦੀ ਦੀ ਡੱਬੀ 'ਚ ਪਾਈ ਸੋਹਣੀ ਲੱਗਦੀ ਹੁੰਦੀ ਆ ਜਿੱਦਣ ਉਹ ਚਾਂਦੀ ਦੀ ਡੱਬੀ ਹੈ ਨਾ ਮੁੱਕ ਜਾਵੇ ਤਾਂ ਫਿਰ ਉਹ ਜਦੋਂ ਪਾਸੇ ਪੂਸੇ ਜੇ ਮਾਰਦੇ ਉਹ ਪਤਾ ਫੇਰ ਲੱਗ ਜਾਂਦਾ ਹੁੰਦਾ ਅਤੇ ਨਾਲੇ ਇਹ ਕੋਈ ਬਾਹਲੀ ਖੂਬੀ ਵਾਲੀ ਗੱਲ ਨਹੀਂ ਗੀ ਵੀ ਖਰਾ ਦੇ ਨਾਗਣੀ ਜੇ ਤੁਸੀਂ ਅੱਜ ਮੂੰਹੋਂ ਹੀ ਮੰਗਣ ਲੱਗ ਪਈਆਂ ਗਾਣਿਆਂ ਦੇ ਵਿੱਚ ਵੀ ਨਾਗਣੀ ਕੱਲ੍ਹ ਨੂੰ ਹੋਰ ਕੋਈ ਡੋਡੇ ਮੰਗੂਗੇ ਸ਼ਰਾਬਾਂ ਮਤਲਬ ਕਾਮੀਆਂ ਟਾਮੀਆਂ ਹੈਗੀਆਂ ਪੀਂਦੀਆਂ ਖਾਂਦੀਆਂ ਵੀ ਆ ਚਲੋ ਲਾ ਲਓ ਪਰ ਜੇ ਆਪਾਂ ਇੱਦਾਂ ਲਾ ਲਓ ਸ਼ਰੇਆਮ ਹੀ ਹੋ ਗਿਆ ਫਿਰ ਤਾਂ ਖਰਚੇ ਹੋਰ ਵੱਧ ਜਾਣੇ ਤੁਹਾਨੂੰ ਪਤਾ ਇੱਥੇ ਬੰਦਿਆਂ ਦੀਆਂ ਨੇ ਨਾਗਣੀਆਂ ਪੂਰੀਆਂ ਹੋਣੀਆਂ ਅਤੇ ਉੱਥੇ ਜਦੋਂ ਬੁੜੀਆਂ ਖੋਣ ਲੱਗ ਪਈਆਂ ਬਾਹਰੋਂ ਤਾਂ ਮੁੰਡਿਆਂ ਯਾਰਾਂ ਤੋਂ ਤਾਂ ਲੁਕਾਉਂਦਾ ਹੁੰਦਾ ਘਰੋਂ ਲੁਕਾਉਣੀ ਪੈ ਜਾ ਕਰਨੀ ਆ ਇਸ ਲਈ ਤੁਸੀਂ ਭਰਾਵਾ ਸਿੱਧੇ ਪਾਸੇ ਲੱਗੋ ਇੱਦਾਂ ਦੀ ਬਰਾਬਰੀ ਨਾ ਕਰੋ ਹੈ ਨਾ ਇਹ ਨਾ ਹੋਵੇ ਸਵੇਰ ਨੂੰ ਉੱਠ ਕੇ ਬੰਦਿਆਂ ਨੂੰ ਦੋ ਦੋ ਗੋਲੀਆਂ ਵੱਟ ਕੇ ਘਟਾਡੇ ਕੱਪ 'ਤੇ ਰੱਖਣੀ ਪਵੇ ਇੱਕ ਆਪਦੇ 'ਤੇ ਤਾਂ ਖਰਚਾ ਵੀ ਦੁੱਗਣਾ ਹੋ ਜਾਣਾ ਕਿਤੇ ਸੌਖੀ ਨਹੀਂ ਮਿਲ ਜਾਂਦੀ ਇਹਦਾ ਰੇਟ ਵੀ ਪੁੱਛ ਕੇ ਦੇਖ ਲਈਓ ਕਿਤੇ ਹੈ ਨਾ ਅਤੇ ਇਸ ਕਰਕੇ ਇੱਦਾਂ ਦੇ ਕੰਮਾਂ ਪੁੱਠਿਆਂ 'ਚ ਨਾ ਗੱਲਾਂ ਕਰੀਦੀਆਂ ਹੁੰਦੀਆਂ ਹੋਰ ਕੋਈ ਗੱਲ ਕਰੋ ਅਤੇ ਆ ਜਾਓ ਆਪਾਂ ਚੱਲਦੇ ਹਾਂ ਗੋਲ ਗੱਪੇ ਖਾਣ ਅਤੇ ਉੱਥੇ ਜਾ ਕੇ ਦੇਖਦੇ ਹਾਂ ਵੀ ਕੀ ਹਿਸਾਬ ਕਿਤਾਬ ਆ ਤੁਹਾਨੂੰ ਦਿਖਾਉਂਦੇ ਹਾਂ ਸਾਰੇ ਸਾਡੇ ਪਿੰਡ ਦਾ ਕਿੱਦਾਂ ਸ਼ਹਿਰ ਵਾਲਾ ਮਾਹੌਲ ਆ ਕੀ ਚੱਲਦਾ ਆ ਠੀਕ ਆ ਆ ਜਾਓ ਫਿਰ ਚੱਲੀਏ ਅੱਧਾ ਕਿਲੋ ਆਟਾ ਨਾਲ ਰਸ਼ ਬਹੁਤ ਹੁੰਦਾ ਆ ਸਾਰੀਆਂ ਇੱਧਰ ਰੇਹੜੀਆਂ ਆਪਣੇ ਪਿੰਡ ਦੀਆਂ ਜੋ ਮਰਜ਼ੀ ਖਾਓ ਚਿਕਨ ਖਾਓ ਬਰਗਰ ਖਾਓ ਸ਼ਹਿਰ ਬਣ ਗਿਆ ਹੈਗਾ ਕਿੱਥੇ ਹੈ ਇਹ ਵੀ ਦੱਸ ਦੋ ਹਨਾ ਇਹ ਮੇਨ ਰੋਡ ਕਾਲਾ ਸਿੰਘਿਆ ਤੇ ਪਸ਼ੂਆਂ ਦੇ ਹਸਪਤਾਲ ਦੇ ਸਾਹਮਣੇ ਪਸ਼ੂ ਖਾਂਦੇ ਥੋੜ੍ਹੇ ਦਰ ਕੋਈ ਮੈਂ ਵੀ ਖਾ ਲਵਾਂ ਲੈ ਵੀ ਅਸੀਂ ਤੇ ਖਾ ਲਿਆ ਗੋਲ ਗੱਪੇ ਤੇ ਹੁੰਦਾ ਰਸ਼ ਬਹੁਤ ਆਟੇ ਵਾਲੇ ਦਿਓ ਸਾਹਿਬ ਮੁੱਕ ਗਏ ਆ
ਇਹ ਹੁਣ ਕਹਿੰਦੇ ਅਸੀਂ ਲੈ ਕੇ ਆਉਣੇ ਹੈਰੀ ਹੁਣਿਆਂ ਲਈ ਲੈ ਕੇ ਜਾਣੇ ਆ ਉਹਨਾਂ ਲਈ ਤੇ ਉਹ ਹੁਣ ਘਰੋਂ ਲੈ ਕੇ ਆਊਗਾ ਤੇ ਫੇਰ ਆ ਤੇ ਆਹ ਰੇੜੀ ਹੈਗੀ ਇੱਥੇ ਵਰਗਾਂ ਦੀ ਉਹ ਹੈਗੀ ਚਿਕਨ ਚੁਕਨ ਸਾਰਾ ਕੁਛ ਪਰੇ ਵੀ ਬਰਗਰ ਫਿਰ ਆਈਸਕ੍ਰੀਮ ਸਾਰੀਆਂ ਰੇੜੀਆਂ ਇੱਥੇ ਲੱਗਦੀਆਂ ਜਿੱਦਾਂ ਸ਼ਹਿਰਾਂ ਦੇ ਵਿੱਚ ਲੱਗਦੀਆਂ ਬਰਗਰ ਵਾਲੀ ਆ ਅੰਡੇ ਇੱਧਰ ਚਿਕਨ ਨਾਲ ਹੀ ਲੱਗੀ ਆ ਚਿਕਨ ਇਹਦਾ ਰੇਟ ਵੀ ਸਾਹ ਰਿਹਾ ਸਸਤਾ ਆ ਸਾਹਮਣੇ ਇਧਰਲੇ ਪਾਸੇ ਆ ਹੁਣ ਅਸੀਂ ਚੱਲੇ ਆ ਘਰ ਵੀ ਦੇਖ ਲਾ ਉਹ ਨਾ ਪਿੱਛੇ ਮਾਰੀਏ ਗੇਟ ਦੇ ਆਪਣੀ ਗੱਡੀ ਗੱਡੀ ਹੁੰਦੀ ਗੱਡੀ ਜਾਂਦੀ ਹੈ ਜਲਾਂਗਾ ਮਾਰਦੀ ਆ ਮੈਨੂੰ ਲੋੜ ਹੈ ਗੋਲ ਗੱਪੇ ਦੀ ਆਹ ਹੈਗਾ ਸਕੂਲ ਸਾਡੇ ਪਿੰਡ ਦਾ ਗਦਰੀ ਬਾਬਾ ਹਰਨਾਮ ਸਿੰਘ ਸਕੂਲ ਜਿੱਥੇ ਪੜ੍ਹੇ ਆ ਕਲਾਸ 2 ਤੱਕ ਮਰਜੀ ਚੋਗਾ ਚੁਗੋ ਘਰ ਆ ਸਾਹਮਣੇ ਸਿਰੇ ਦੇ ਹੈਰੀ ਦਾ ਰਿਐਕਸ਼ਨ ਝਾਤੇ ਮਾਤੇ ਜਿਹਾ ਕਰਦਾ ਆ ਉਹ ਕੁਛ ਲੈ ਕੇ ਆਏ ਹੋਣਗੇ ਤੈਨੂੰ ਪਹਿਲਾਂ ਪਹਿਲੇ ਪਤਾ ਲੱਗ ਜਾਂਦਾ ਹੈ ਨਾ ਤੂੰ ਖਾਣੇ ਨੀ ਮੈਂ ਬੀਬੀ ਨੂੰ ਪਕਾਤਾ ਤੂੰ ਖਾਣੇ ਨੀ ਉਹਦੇ ਫੋਨ ਲਾ ਕੇ ਗਿਆ ਮੈਂ ਕਿਹਾ ਚਾਰ ਖਾਣੇ ਕਿੰਨੇ ਖਾਣਗੇ ਤੂੰ ਖਾਣੇ ਹੈਰੀ ਹੈਰੀ ਨੇ ਤਾਂ ਖਾਣੇ ਹੀ ਨਹੀਂ ਉਹ ਕਹਿੰਦਾ ਮੈਂ ਖਾਣੇ ਨਹੀਂ ਗੇ ਵਧੀਆ ਸਮਾਂ ਨਹੀਂ ਖਾਣੇ ਖਾਣੇ ਆ ਬੀਬੀ ਖਾਣਾ ਅੰਦਰ ਵੀ ਪਕਾਤੇ ਉਹ ਵੀ ਖਾਂਦੀ ਆ ਤੇ ਹੈਰੀ ਵੀ ਇੱਧਰ ਲੱਗਾ ਹੋਇਆ ਹੈ ਲਓ ਜੀ ਹੁਣ ਅਸੀਂ ਆ ਗਏ ਘਰ ਹੈਰੀ ਲਾ ਪਿਆ ਭਾਰ ਨਾ
ਮਾਰਨੀ ਤਾਂ ਲੈ ਗਏ ਇਹ ਉੱਥੇ ਖਾਣਾ ਨਹੀਂ ਹਟਦਾ ਤੁਸੀਂ ਕੀ ਕਰਦੇ ਮੈਂ ਮਨਾਰ ਜੋੜਦੀ ਹਾਂ ਦੇਸੀ ਘੇ ਬਣਾਇਆ ਮੈਂ ਇਹ ਦੁੱਧ ਉੱਪਰ ਇੱਦਾਂ ਮਲਾਈ ਕੱਢ ਕੱਢ ਇੱਧਰ ਕਰੀ ਜਾਣੀ ਆ पहुंच गए घर ते सारे हैरी हुणी ने भी खा लिया गोल गप्पे दुध दुध पीने रोटी पानी छकदे अज बनिया हलवा हलवा बड़े चिर कई साल बाद ही बनाया ਉਦੋਂ ਬਣਾਇਆ ਤਾਂ ਹੁਣ ਖਾਂਦੇ ਹਾਂ ਰੋਟੀ ਅਤੇ ਤੁਸੀਂ ਜਿਹੜੇ ਵੀਰ ਸਾਡੇ ਦੇਖਦੇ ਹੋ ਤੁਸੀਂ ਵੀ ਖਾਓ ਰੋਟੀ ਪਾਣੀ ਚਾਹ ਪਾਣੀ ਜੋ ਵੀ ਖਾਣਾ ਪੀਣਾ ਅਤੇ ਚੈਨਲ ਕਰ ਲਓ ਸਬਸਕ੍ਰਾਈਬ ਅਤੇ ਬੈੱਲ ਆਈਕਨ ਨਹੀਂ ਦਬਾਉਣਾ ਭੁੱਲਣਾ ਤਾਂ ਜੋ ਨਵੇਂ ਤੋਂ ਨਵਾਂ ਬਲੌਗ ਤੁਹਾਨੂੰ ਮਿਲੇ ਉੱਧਰ ਦਿਓਲ ਸਾਹਿਬ ਦੇ ਚੁੱਲ੍ਹੇ ਖੂਹ 'ਤੇ ਭੇਜਣ ਡਏ ਆ ਇੱਕ ਰੈਸਪੀ ਬਣਾ ਕੇ ਖੀਰ ਤੋਂ ਮੁੜ ਕੇ ਉੱਥੇ ਗਰਮੀ ਬਹੁਤ ਜੀ ਗਰਮੀ ਅਤੇ ਬਣਾਉਂਦੀ ਸਿਆਲਾਂ ਨੂੰ ਚਲੋ ਕੋਈ ਨਹੀਂ ਬਣਾਵਾਂਗੇ ਜ਼ਰੂਰ ਜਿੱਦਾਂ ਦੈਨ ਮੀਂਹ ਮੂੰਹ ਪਿਆ ਅਤੇ ਓਕੇ ਬਾਏ ਗੁੱਡ ਨਾਈਟ।